इदा नहीं होना चाहिए कि साढ़े दस्तार का पग का स्टाइल जोड़ा है वह असी देखने लुक जी वी बना लीए पर केस जोड़े ने केसा की बेअदबी हो असी उस चीज़ का भी ध्यान रखना। कई साड़ियाँ भैन कहिंदियां ने कि असीं बिल्कुल निक्का जिहा बनना है तो जल्दी जाना है तो छोटा जिहा बन के असीं फटाफट रेडी हो सकते हैं। असीं हाफ कन्ना दे उपर बनने हैं, हाफ कन्ना दे लैण नाल साडी पूरी गोलाई आ जाती है। जिमें साडे अजकल असी पगां दे बड़े सारे साडे स्टाइल डिफरेंट स्टाइल आ गए उदा ही दस्तार दुमाले दे जिहड़े बड़े सारे स्टाइल्स ने। सत श्री अकाल जी, तुसी देख रहे हो द सिटी हेडलाइंस ते मैं हां तुहाडे नाल अमरजोत सिंह। तुहाडे लई असी लैके आने हां नवें नवें स्टाइल दीआं डिफरेंट स्टाइल्स दीआं दस्तारां टर्बन दुमाले बनन दे जिहड़े ने साडे नाल वीर जी हुंदे ने जसप्रीत सिंह जी जिहड़े ऑनलाइन सानू टर्बन ट्रेनिंग दिंदे ने। अज असीं तुहाडे लई एक डिफरेंट स्टाइल लैके आए हाँ, अज असीं एक स्टाइल जिहड़ा लैके आए हाँ दुमाले का स्टाइल नवा लैके आए हाँ जी तुहाडे वास्ते। ये स्टाइल जिहड़ा है कल्ले वीरां वास्ते नहीं, भैणां वी इहनूं बन सकदियां ने। वीर जी स्वागत है जी। वाहिगुरू जी का खालसा, वाहिगुरू जी की फतेह। वीर जी जिहड़ा असीं अज टर्बन का स्टाइल बनन लगे आ दुमाला बनन लगे आ जी गोल दुमाला जी, की खासियत इहदी इहनूं टकसाली दुमाला ही क्यों कहिंदे ने? ये टकसाली दुमाला अपना जी भी इहनूं आपां गोल राउंड स्टाइल दे विच बन्नदे आ क्योंकि साडे टकसाल दे विच ये बहुत पुरातन समय तो चलता आ रहा है। यह स्टाइल बी नॉर्मली सारे वीर बनते हैं पर इनू टकसाल के ज़्यादा मशहूर होया इस करके इनू आप टकसाली दुमाला भी कहने। इन शेप जी राउंड होंगी है मत्थे तो पूरी गोल, ठीक है जी, गुलाई के इस करके इनू असं गोल दुमाला भी कहने। ओके, इनकी जी लंबाई है मिनीम उ 6 मीटर, ठीक है। बाकी कपड़ा जोड़ा है वो वीरी आप कर सकते हैं कि अपना फेस कि है बॉडी कि फिजीक की है अपना वो अकॉर्डिंग असं चेंज कर सकते हैं। ਅਤੇ ਵੀਰ ਜੀ ਇਹਦੇ ਵਿੱਚ ਅਗੇਨ ਬੇਸ ਦਾ ਸਟਾਈਲ ਜਿਹੜਾ ਹੈ ਉਹ ਕਿੱਦਾਂ ਦਾ ਹੋਏਗਾ? ਬੇਸ ਜਿਹੜਾ ਸਾਈਜ਼ ਹੈ ਅਤੇ ਸਟਾਈਲ ਹੈ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਬੁੰਗਾ ਕੱਢਾਂਗੇ ਅਤੇ ਉਹਦੇ ਅਕੋਰਡਿੰਗ ਉਹ 4 ਮੀਟਰ ਦਾ ਸਾਈਜ਼ ਹੈ ਬੇਸ ਦਾ ਅਤੇ ਦੁਮਾਲੇ ਦਾ ਆਪਣਾ 5 ਮੀਟਰ 6 ਮੀਟਰ ਫੇਸ ਦੇ ਅਕੋਰਡਿੰਗ ਆਪਾਂ ਚਲਾ ਸਕਦੇ। ਅਤੇ ਜਿਹੜੇ ਪੱਗ ਹੁੰਦੀ ਹੈ ਉਹਦੇ ਨਾਲੋਂ ਦੁਮਾਲੇ ਦੇ ਬੇਸ ਜਿਹੜੇ ਨੇ ਉਹ ਥੋੜ੍ਹੇ ਅਲੱਗ ਹੁੰਦੇ ਨੇ। ਅਤੇ ਜ਼ਿਆਦਾ ਡਿਲੇ ਨਾ ਕਰੀਏ ਵੀਰ ਜੀ, ਆਪਾਂ ਦਿਖਾਉਂਦੇ ਹਾਂ ਜੀ। ਹਾਂਜੀ, ਦਸਤਾਰ ਦਾ ਸਟਾਈਲ ਦਿਖਾਉਂਦੇ ਹਾਂ ਜਿਸ ਕਰਕੇ ਕਿ ਜਿਹੜਾ ਦੁਮਾਲਾ ਹੈ ਉਹ ਪੁਰਾਤਨ ਟਾਈਮ ਤੋਂ ਗੁਰੂ ਸਾਹਿਬ ਦੇ ਟਾਈਮ ਤੋਂ ਜਿਹੜਾ ਹੈ ਦਸਤਾਰ ਜਿਹੜੀ ਸਜਾਉਂਦੇ ਆ ਰਹੇ ਆ। ਗੁਰਬਾਣੀ ਦੇ ਵਿੱਚ ਵੀ ਫੁਰਮਾਨ ਹੈ ਜੀ ਇਹਦਾ, ਹੋਂ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ। ਅਤੇ ਦੁਮਾਲਾ ਜਿਹੜਾ ਹੈ ਇਹ ਸਾਡੀ ਸਿਰ ਦੀ ਪ੍ਰੋਟੈਕਸ਼ਨ ਵਾਸਤੇ ਤਾਂ ਹੁੰਦਾ ਹੀ ਹੈ, ਨਾਲ ਨਾਲ ਕੇਸਾਂ ਦੀ ਸੰਭਾਲ ਵਾਸਤੇ ਜੋ ਗੁਰੂ ਸਾਹਿਬ ਨੇ ਸਾਨੂੰ ਕੇਸ ਕੀ ਦਸਤਾਰ ਬਖਸ਼ੀ ਹੈ ਅਤੇ ਉਹਦਾ ਵੀ ਅਸੀਂ ਨਾਲ ਨਾਲ ਧਿਆਨ ਰੱਖਣਾ ਹੈ। ਅਸੀਂ ਕੇਸਾਂ ਦੀ ਸੰਭਾਲ ਕਰਨੀ ਹੈ ਜੀ, ਇੱਦਾਂ ਨਹੀਂ ਹੋਣਾ ਚਾਹੀਦਾ ਕਿ ਸਾਡੇ ਦਸਤਾਰ ਦਾ ਪੱਗ ਦਾ ਸਟਾਈਲ ਜਿਹੜਾ ਹੈ ਉਹ ਅਸੀਂ ਦੇਖਣ ਲਈ ਲੁੱਕ ਜਿਹੜੀ ਆ ਉਹਦੀ ਵਧੀਆ ਬਣਾ ਲਈਏ ਪਰ ਸਾਡੀ ਕੇਸ ਜਿਹੜੇ ਨੇ ਕੇਸਾਂ ਦੇ ਬੇਅਦਬੀ ਹੋਵੇ ਉਹਦੇ ਨਾਲ ਅਤੇ ਅਸੀਂ ਉਸ ਚੀਜ਼ ਦਾ ਵੀ ਨਾਲ ਨਾਲ ਧਿਆਨ ਰੱਖਣਾ ਜੀ। ਹੁਣ ਅਸੀਂ ਇਹਦਾ ਜਿਹੜਾ ਪਹਿਲਾ ਸਟਾਰਟ ਜੂੜਾ ਕਰਨਾ ਰਾਊਂਡ ਉਹ ਬਿਲਕੁਲ ਸੈਂਟਰ ਵਿੱਚ ਕਰਨਾ, ਕੋਸ਼ਿਸ਼ ਕਰਨੀ ਹੈ ਕਿ ਜੂੜਾ ਥੋੜ੍ਹਾ ਇੱਥੋਂ ਢਿੱਲਾ ਰਹੇ ਤਾਂ ਕਿ ਇੱਥੋਂ ਸਾਡੇ ਵਾਲਾਂ ਨੂੰ ਖਿੱਚ ਨਾ ਪਵੇ, ਖਿੱਚ ਪੈਣ ਨਾਲ ਇੱਥੇ ਜ਼ਖਮ ਹੋ ਜਾਂਦੇ ਆ ਅਤੇ ਬੱਚਿਆਂ ਦੇ ਵਾਲ ਝੜ ਜਾਂਦੇ ਆ ਅਤੇ ਇਹ ਚੀਜ਼ ਅਸੀਂ ਬਿਲਕੁਲ ਸੌਫਟ ਰੱਖੀ ਆ। ਇਸ ਤੋਂ ਬਾਅਦ ਤੁਸੀਂ ਜਿਹੜੇ ਆਪਣੇ ਬਾਕੀ ਰਾਊਂਡ ਨੇ ਉਹ ਅਸੀਂ ਥੋੜ੍ਹੇ ਟਾਈਟ ਬੰਨ ਸਕਦੇ ਹਾਂ। ਕਈ ਸਾਡੀਆਂ ਭੈਣਾਂ ਕਹਿੰਦੀਆਂ ਨੇ ਕਿ ਅਸੀਂ ਬਿਲਕੁਲ ਨਿੱਕਾ ਜਿਹਾ ਬਣਨਾ ਹੈ ਕਿਤੇ ਜਲਦੀ ਜਾਣਾ ਅਤੇ ਛੋਟਾ ਜਿਹਾ ਬਣ ਕੇ ਅਸੀਂ ਫਟਾਫਟ ਰੈਡੀ ਹੋ ਸਕਦੇ ਹਾਂ, ਤਾਂ ਉਹਨਾਂ ਵਾਸਤੇ ਜਿਹੜਾ ਬੇਸ ਹੈ ਉਹ ਇਹੀ ਦੁਮੱਲੇ ਨੂੰ ਸ਼ੇਪ ਬਣਾ ਕੇ ਬਣ ਸਕਦੇ ਹਾਂ। ਇਹ ਹੋ ਗਿਆ ਸਾਡਾ ਦੁਮੱਲੇ ਵਾਸਤੇ ਬੇਸ, ਇਹ ਗੋਲ ਰਾਊਂਡ ਵਿੱਚ ਬੇਸ ਬਣ ਗਿਆ। ਇਹ ਅਸੀਂ ਬੈਕ ਸਾਈਡ ਤੋਂ ਵੀ ਪੂਰਾ ਇੱਥੋਂ ਦੇਖੋ ਸ਼ੇਪ ਵਿੱਚ ਲਿਆਵਾਂਗੇ ਤਾਂ ਪੂਰਾ ਗੋਲ ਆ ਗਿਆ। ਜੇ ਤੁਸੀਂ ਥੋੜ੍ਹਾ ਵੱਡਾ ਸਾਈਜ਼ ਬਣਾਉਣਾ, ਥੋੜ੍ਹਾ ਤੁਹਾਡਾ ਬੁੰਗਾ ਉੱਪਰ ਦਿਖਣਾ ਚਾਹੀਦਾ, ਜਿਵੇਂ ਬੇਸ ਦਿਖਣਾ ਚਾਹੀਦਾ, ਫਿਰ ਅਸੀਂ ਇਹਦੇ ਉੱਪਰ ਇੱਕ ਹੋਰ ਸਜਾ ਸਕਦੇ ਹਾਂ। ਇਹ ਵੈਸੇ ਰੈਗੂਲਰ ਸਾਈਜ਼ ਹੈ ਸਾਡਾ 4 ਮੀਟਰ ਦਾ। ਬਿਲਕੁਲ, ਤੁਸੀਂ ਆਪਣੇ ਰਿਕੁਆਇਰਮੈਂਟ ਦੇ ਅਕੋਰਡਿੰਗ ਜਿਹੜਾ ਹੈ ਦਸਤਾਰ ਦਾ ਸਾਈਜ਼ ਵੱਡਾ ਲੈ ਸਕਦੇ ਹੋ, ਤੁਹਾਡਾ ਬੇਸ ਉਨਾ ਹੀ ਵੱਡਾ ਹੋ ਜਾਏਗਾ, ਤੁਹਾਡੀ ਦਸਤਾਰ ਜਿਹੜੀ ਹੈ ਉਨੀ ਹੀ ਵੱਡੇ ਸਾਈਜ਼ ਦੇ ਵਿੱਚ ਜਿਹੜੀ ਹੈ ਆਏਗੀ। ਡਿਪੈਂਡ ਕਰਦਾ ਅਕੋਰਡਿੰਗ ਟੂ, ਕਈ ਵਾਰੀ ਕਈ ਵੀਰਾਂ ਦਾ ਨਾ ਦਾੜੇ ਦਾ ਪ੍ਰਕਾਸ਼ ਜਿਹੜਾ ਉਹ ਜ਼ਿਆਦਾ ਹੁੰਦਾ, ਦਾੜਾ ਗੁਰੂ ਸਾਹਿਬ ਨੇ ਕਾਫੀ ਭਰਮਾ ਬਖਸ਼ਿਆ ਹੁੰਦਾ ਅਤੇ ਉਹਦੇ ਵਿੱਚ ਜਿਹੜਾ ਹੈ ਉੱਚਾ ਦੁਮਾਲਾ ਜਿਹੜਾ ਹੈ ਵੱਡਾ ਦੁਮਾਲਾ ਉਹ ਬਹੁਤ ਫੱਬਦਾ, ਬਹੁਤ ਵਧੀਆ ਲੱਗਦਾ ਉਹ। ਹੁਣ ਅਸੀਂ ਦੁਮਾਲਾ ਸਾਹਿਬ ਸਜਾਉਂਦੇ ਹਾਂ ਗੋਲ ਦੁਮਾਲਾ ਜਿਹਨੂੰ ਆਪਾਂ ਕਹਿੰਦੇ ਹਾਂ। ਇਹਦੇ ਵਿੱਚ ਆਪਾਂ ਇਹਦਾ ਪਹਿਲਾ ਲੜ ਜਿਹੜਾ ਬਿਲਕੁਲ ਓਪਨ ਸ਼ੇਪ ਦੇ ਵਿੱਚ ਲੈ ਕੇ ਆਉਣਾ, ਇੱਥੋਂ ਅਸੀਂ ਸਿਰ ਕਵਰ ਕਰ ਲੈਣਾ, ਜਿਹੜੇ ਤੁਹਾਡੇ ਨੀਚੇ ਵਾਲੇ ਕੋਰਨਰ ਨੇ ਦੋ ਉਹਨਾਂ ਨੂੰ ਅਸੀਂ ਇੱਥੋਂ ਲੌਕ ਕਰਕੇ ਇਹਦੇ ਵਿੱਚੋਂ ਕੱਢ ਦੇਣਾ ਕੰਨਾਂ ਦੇ ਉੱਪਰ, ਇੱਥੋਂ ਤੁਸੀਂ ਇਹਨੂੰ ਸਿਰ ਕਵਰ ਕਰ ਲੈਣਾ। ਹੁਣ ਜਿਹੜਾ ਸਾਡਾ ਪਹਿਲਾ ਲੜ ਤਿਆਰ ਹੋਏਗਾ ਉਹ ਦੇਖੋ, ਸਾਰਿਆਂ ਦਾ ਆਪਣਾ ਆਪਣਾ ਸਟਾਈਲ ਹੁੰਦਾ, ਕੋਈ ਬੰਦਾ ਕੰਨ ਤੋਂ ਉੱਪਰ, ਕੋਈ ਬੰਦਾ ਕੰਨ 'ਤੇ ਹਾਫ, ਕੋਈ ਪੂਰਾ ਹੀ ਕਵਰ ਕਰਦਾ।
पर आप हमेशा ये देखना है कि साढ़े बनया हो किमें जच रहा असी हूँ इन बना जो फेस से सूट करेगा हाफ कन्ना के उपर हूँ इतने असी देखो इनू खोल के लगाना है इन वट बना सकते हो जिन्हें मैक्सीम वट बनने हैं उन्ने उसी बनाओ इन जी शेप है ये जो लेयरस ने यह नुक्कड़ तो नुक्कड़ असी खिच पानी है पूरी कल कल पॉइंट को फड़ना इस करके तो बिल्कुल गोल शेप आएगी। ये अपनी स्टार्टिंग होगी हूँ इतने तक साढ़े वट बन गए इस तो उपरों असं शुरू करा ताकि वो अप जाएंगे स्टेज तुम इन पूरा खोल के भी यूज़ कर सकते हो खोल के जिन्हें इन वट बनाओगे खिच पाओगे उन्ने बरीक बरीक सोहने सोहने वट थोड़े अच्छे लगन गए। लो जी ये इन्ना ईजी है तुम गोल गोल ही इन सजाना है कोई ज़्यादा टाइम नहीं लगता इन्हें तुम बहुत जल्दी सजा सकते हो दुमाले में कई बार असी घर बैठे हाँ जो कि एमरजेंसी जाना तुम कला दुमाला सजा सकते हो बिना बेस तो हूँ असं इन इतों ओपन कर रहे हैं दोबारा देखो इतों असं इनू फोल्ड नहीं किया सिंगल ही रखिया नीचे वाली लाइन असी खिच पा ली इनू पूरा लॉक लगा लेना पिछे तक इन उपरों खोल देना इतों पूरा असी बैलेंस बना के अपने अकॉर्डिंग पूरा प्रेस कर लेना हाँ असी खिच पा ली इतों इस जगह तो पूरा इनू फिल कर देना अंदर थोड़ा पूरा लॉक हो गया साढ़ा इतने तक देखो लाइना भर गई पूरी है ना इतने तक अपना दुमाला कंप्लीट हो गया थोड़ी जी असी इनकी हाइट होर चकेंगे बस इसी तरह इनू असी चौड़ा करके इनू इतों की स्प्रिंग कर लो कठिया लेयर्स बना के इन स्टेट लैवल से पकड़ के सीधे तुम उच्चा लेके जा सकते हो फेस के अकॉर्डिंग तुम वड्डा छोटा कर सकते हो वैसे ही थोड़ा जो साइज़ है बेस का 4 मीटर है तो दुमाले का साढ़ा यह 5 मीटर का साइज लो जी दुमाला साहब साढ़ा रेडी जी इसी इतों की गुलाई दे सकते हो सिलाई फेर के नीचो की असी गुलाई दे सकते हैं सिलाई फेर के असी हाफ कन्ना के उपर बन्ने हाफ कन्ना से लिया सा पूरी गुलाई आ जाती है इतों की डाउन इधरों की पूरा गोल जे अपना मत्था वड्डा इनू असी होर गोल चक के उच्चा चक सकते हैं जो मत्था छोटा है थोड़े थोड़े वाल ने साइडा के तो अभी बिल्कुल नीचे ही लेके आवेंगे छोटा पीस बनावे लो जी बिल्कुल जी जिमें साढ़े अजक असी पगों के बड़े सारे साढ़े स्टाइल डिफरेंट स्टाइल आ गए उदा ही दस्तार दुमाले के जोड़े बड़े सारे स्टाइल्स ने दस्तार किन्ना वधिया जड़ा है फेस से जच रहा है मतलब क्विक तुम अगर कितने जाना है तुम एमरजेंसी जाना पै गया या कितने भी तुम घर बैठे हो घर बह के स्टाइल सजा के रखना है नॉर्मल जोड़ा है तुम कन्ना के उपर करके बन सकते हो स्टाइल ताकि ज़्यादा हैवी भी ना रहे तो जो दस्तार है वह भी बनी जाए सिर भी कज्जा रहे वैसे बहुत वधिया स्टाइल है ये हाँ बहुत कंफर्ट स्टाइल है तुम गोल राउंड इदा नॉर्मली आप घर भी बन के रख सकते हैं ये बिल्कुल रेगूलर साइज तुम स्टाइल के अकॉर्डिंग बना सकते हो अपना।